ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਸਪ੍ਰੀਤ ਸਿੰਘ। ਮੈਂ ਪ੍ਰਿੰਸਦੀਪ ਸਿੰਘ ਜੀ। ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪ੍ਰਿੰਸ ਪੰਜਾਬੀ ਟਰੈਵਲਰ ਉੱਪਰ ਸਵਾਗਤ ਕਰਦੇ ਹਾਂ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸ਼੍ਰੀ ਨਾਭ ਕਮਲ ਰਾਜਸ ਸਾਹਿਬ ਜੀ ਦੀ ਮਜ਼ਾਰ ਵਿਖੇ ਆਏ ਹਾਂ। ਇਸ ਵੀਡੀਓ ਦੇ ਵਿੱਚ ਆਪਾਂ ਪੂਰੀ ਮਜ਼ਾਰ ਨੂੰ ਕਵਰ ਕਰਾਂਗੇ। ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ, ਅਤੇ ਇਸ ਨੂੰ ਸ਼ੇਅਰ ਕਰਿਓ। ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦਾ ਇਹ ਨਾਮ ਕਿਵੇਂ ਪਿਆ ਜੀ, ਇਹ ਸਾਰਾ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ। ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਜੀ, ਆਪਾਂ ਇਹਦੇ ਇਤਿਹਾਸ ਬਾਰੇ ਵੀ ਜਾਣਾਂਗੇ। ਵਿੱਚ ਐਂਟਰ ਹੋਣ ਤੋਂ ਪਹਿਲਾਂ ਜੀ ਬਹੁਤ ਵੱਡੀ ਮਾਰਕੀਟ ਲੱਗੀ ਹੋਈ ਹੈ, ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ, ਜਿੱਥੋਂ ਆਪਾਂ ਆਪਣੀ ਲੋੜ ਲਈ ਕੋਈ ਵੀ ਸਮਾਨ ਲੈ ਸਕਦੇ ਹਾਂ। ਪ੍ਰਸ਼ਾਦ ਲੈਣਾ ਹੋਵੇ ਤਾਂ ਉਹ ਵੀ ਲੈ ਸਕਦੇ ਹਾਂ ਜੀ। ਆਓ ਹੁਣ ਆਪਾਂ ਚੱਲਦੇ ਹਾਂ ਮਜ਼ਾਰ ਦੇ ਅੰਦਰ। ਮਜ਼ਾਰ ਵਿੱਚ ਐਂਟਰ ਹੋਣ ਤੋਂ ਬਾਅਦ ਜੀ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਪੁੱਛਗਿੱਛ ਦਫ਼ਤਰ ਬਣਿਆ ਹੋਇਆ, ਅਤੇ ਇੱਥੇ ਆਪਾਂ ਅਖੰਡ ਪਾਠ ਜੇ ਰਖਾਉਣੇ ਹੋਣ ਤਾਂ ਇੱਥੋਂ ਰਖਵਾ ਸਕਦੇ ਹਾਂ ਜੀ। ਇਸ ਸਾਈਡ ਬਣਿਆ ਹੋਇਆ ਜੀ ਜੋੜਾ ਘਰ, ਜਿੱਥੇ ਆਪਾਂ ਆਪਣੇ ਜੋੜਾ ਜਮ੍ਹਾਂ ਕਰਵਾ ਸਕਦੇ ਹਾਂ। ਇਸ ਸਾਈਡ ਤੁਸੀਂ ਦੇਖੋਗੇ ਤਾਂ ਪਾਰਕਿੰਗ ਬਣੀ ਹੋਈ ਹੈ, ਜਿੱਥੇ ਆਪਾਂ ਆਪਣੇ ਸਕੂਟਰ ਮੋਟਰਸਾਈਕਲ ਤੇ ਕਾਰ ਆਦਿ ਦੀ ਪਾਰਕਿੰਗ ਕਰ ਸਕਦੇ ਹਾਂ। ਤੇ ਇਸੇ ਸਾਈਡ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਇੱਕ ਪਾਸੇ ਜੀ, ਤੇ ਇੱਕ ਪਾਸੇ ਬਣੀ ਹੋਈ ਆ ਮਜ਼ਾਰ ਜੀ ਰਾਜਾ ਨਾਭ ਕਮਲ ਸਾਹਿਬ ਜੀ ਦੀ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਜੀ, ਦਰਸ਼ਨ ਕਰ ਸਕਦੇ ਹੋ। ਇਹ ਆ ਮਜ਼ਾਰ ਜੀ ਇੱਕ ਪਾਸੇ ਬਣੀ। ਇਹ ਜੀ ਇਤਿਹਾਸ ਹੈ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਦਾ ਜੀ, ਤੁਸੀਂ ਪੜ੍ਹ ਸਕਦੇ ਹੋ ਵੀਡੀਓ ਰੋਕ ਕੇ। ਇੱਕ ਸਾਈਡ ਤੇ ਬਣਿਆ ਹੋਇਆ ਮਾਤਾ ਸਾਹਿਬ ਦੇਵਾ ਜੀ ਯਾਦਗਾਰੀ ਹਾਲ ਜੀ, ਆਪਾਂ ਉਹ ਵੀ ਦੇਖਾਂਗੇ, ਉਹਦੇ ਵੀ ਦਰਸ਼ਨ ਕਰਾਂਗੇ ਜੀ। ਆਜੋ ਪਹਿਲਾਂ ਆਪਾਂ ਚੱਲਦੇ ਹਾਂ ਰਾਜਾ ਨਾਭ ਕਮਲ ਸਾਹਿਬ ਜੀ ਦੀ ਮਜ਼ਾਰ ਵੱਲ ਨੂੰ ਜੀ, ਉਹਦੇ ਦਰਸ਼ਨ ਕਰਦੇ ਹਾਂ ਜੀ। ਰਾਜਾ ਸਾਹਿਬ ਜੀ ਦਾ ਜੱਦੀ ਪਿੰਡ ਜੀ ਮੰਨਣਹਾਨਾ ਆ। ਰਾਜਾ ਸਾਹਿਬ ਜੀ ਦਾ ਜਨਮ ਜੀ 7 ਫੱਗਣ 1862 ਈਸਵੀ ਨੂੰ ਪਿਤਾ ਮੰਗਲਦਾਸ ਮਾਤਾ ਸਾਹਿਬ ਦੇਈ ਜੀ ਦੇ ਘਰ ਬੱਲੂਵਾਲ ਵਿਖੇ ਨਾਨਕੇ ਪਿੰਡ ਜਿਮੀਦਾਰਾ ਪਰਿਵਾਰ ਵਿੱਚ ਹੋਇਆ ਸੀ। ਆਪ ਜੀ ਨੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਗੁਰੂ ਘਰ ਬਣਵਾਏ। ਇਹ ਵੀ ਕਿਹਾ ਜਾਂਦਾ ਆ ਵੀ ਆਪ ਜੀ ਦਾ ਜਦੋਂ ਮਨ ਉਦਾਸ ਹੋ ਜਾਂਦਾ ਸੀ ਤਾਂ ਆਪ ਕਈ ਕਈ ਮਹੀਨੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਦਰਬਾਰ ਸਾਹਿਬ ਰਹਿ ਕੇ ਆਉਂਦੇ ਸੀ। ਆਪ ਜੀ ਦਾ ਬਚਪਨ ਦਾ ਨਾਮ ਭਗਵਾਨ ਦਾਸ ਸੀ। ਜਦੋਂ ਆਪ ਇੱਕ ਵਾਰ ਨਾਭੇ ਗਏ ਤਾਂ ਉਸ ਜਗ੍ਹਾ 6 ਮਹੀਨੇ ਬੈਠੇ ਰਹੇ। ਫਿਰ ਇੱਕ ਦਿਨ ਪਰਮਾਤਮਾ ਦੇ ਹੁਕਮ ਹੋਣ 'ਤੇ ਆਪ ਨਾਭੇ ਤੋਂ ਪਟਿਆਲੇ ਵੱਲ ਨੂੰ ਚਲੇ ਗਏ। ਜਦੋਂ ਆਪ ਮੋਤੀ ਬਾਗ ਪਹੁੰਚੇ ਇੱਕ ਤਲਾਬ ਉੱਥੇ ਬਣਿਆ ਹੋਇਆ ਆ, ਤਲਾਬ ਦੇ ਨਾਲ ਕੁਟੀਆ ਬਣੀ ਹੋਈ ਸੀ। ਜਦੋਂ ਆਪ ਉਸ ਕੁਟੀਆ ਵਿੱਚ ਦਾਖਲ ਹੋਣ ਲੱਗੇ ਤਾਂ ਆਪ ਜੀ ਦੇ ਹੱਥ ਵਿੱਚ ਸੋਟੀ, ਤਿੱਲੇਦਾਰ ਕੱਢੀ ਹੋਈ ਜੁੱਤੀ, ਲਿਸ਼ਕਦੇ ਹੋਏ ਕੱਪੜੇ ਆਪ ਜੀ ਨੇ ਪਹਿਨੇ ਹੋਏ ਸੀ। ਕੁਟੀਆ ਦੇ ਵਿੱਚ ਬੀਬੀ ਦੀ ਅਤੇ ਹੋਰ ਕਿਸੇ ਵੀ ਆਦਮੀ ਦੀ ਜਾਣ ਦੀ ਮਨਾਹੀ ਸੀ। ਆਪ ਜੀ ਨੂੰ ਵੀ ਸੇਵਾਦਾਰ ਨੇ ਰੋਕ ਲਿਆ ਅਤੇ ਜੋੜਾ ਉਤਾਰਨ ਲਈ ਕਿਹਾ। ਆਪ ਜੀ ਨੇ ਜੋੜਾ ਉਤਾਰਿਆ ਅਤੇ ਕੁਟੀਆ ਵਿੱਚ ਦਾਖਲ ਹੋ ਗਏ। ਜਦੋਂ ਆਪ ਕੁਟੀਆ ਦੇ ਵਿੱਚ ਦਾਖਲ ਹੋਏ ਤਾਂ ਸਾਹਮਣੇ ਬਾਬਾ ਸੇਵਾਦਾਸ ਜੀ ਬੈਠੇ ਸਨ। ਸੇਵਾਦਾਸ ਜੀ ਨੇ ਕਿਹਾ ਵੀ ਤੁਸੀਂ ਰਾਜੇ ਹੋ ਅਤੇ ਕੀ ਲੈਣ ਆਏ ਹੋ?
ਤਾਂ ਆਪ ਜੀ ਨੇ ਕਿਹਾ ਵੀ ਮੈਨੂੰ ਰੱਬ ਦਾ ਹੁਕਮ ਹੋਇਆ ਹੈ ਅਤੇ ਮੈਂ ਉਸ ਦੀ ਅਮਾਨਤ ਲੈਣ ਆਇਆ ਹਾਂ। ਤਾਂ ਕਿਹਾ ਜਾਂਦਾ ਆ ਵੀ ਸੇਵਾਦਾਸ ਜੀ ਨੇ ਤਿੰਨ ਲਕੀਰਾਂ ਖਿੱਚੀਆਂ ਸੀ ਜੀ ਬਾਰੋ ਬਾਰੀ, ਅਤੇ ਆਪ ਜੀ ਤਿੰਨੇ ਲਕੀਰਾਂ ਟੱਪ ਗਏ ਸੀ। ਉਸ ਤੋਂ ਬਾਅਦ ਸੇਵਾਦਾਸ ਜੀ ਨੇ ਆਪ ਜੀ ਨੂੰ ਸੀਨੇ ਲਾ ਲਿਆ ਅਤੇ ਰਾਜਾ ਨਾਮ ਦਿੱਤਾ ਜੀ। ਉਸ ਤੋਂ ਬਾਅਦ ਆਪ ਤਿੰਨ ਦਿਨ ਉੱਥੇ ਹੀ ਰੁਕੇ। ਉਸ ਤੋਂ ਬਾਅਦ ਆਪ ਰਾਜਾ ਸਾਹਿਬ ਦਾ ਮਜ਼ਾਰਾ ਵਿਖੇ ਵਾਪਸ ਆਏ ਜੀ, ਜੋ ਦੁਨੀਆ ਦੇ ਵਿੱਚ ਰਾਜਾ ਸਾਹਿਬ ਦਾ ਮਜ਼ਾਰਾ ਨਾਮ ਪ੍ਰਸਿੱਧ ਹੋਇਆ। ਅਤੇ ਆਪ ਇਸੇ ਜਗ੍ਹਾ ਰਹੇ ਜੀ। ਫਿਰ 78 ਸਾਲ ਦੀ ਉਮਰ ਭੋਗ ਕੇ ਆਪ 1940 ਨੂੰ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ ਜੀ। ਇੱਕ ਗੱਲ ਆਪਾਂ ਉਰੇ ਹੋਰ ਕਰਦੇ ਹਾਂ, ਆਪਾਂ ਨਾ ਜਦੋਂ ਇਸ ਮਜ਼ਾਰ ਦੇ ਵਿੱਚ ਐਂਟਰ ਹੁੰਦੇ ਹਾਂ, ਇਸ ਦੇ ਵਿੱਚ ਦਾਖਲ ਹੁੰਦੇ ਹਾਂ, ਤੁਸੀਂ ਸਕਰੀਨ ਦੇ ਉੱਤੇ ਵੀ ਦੇਖ ਸਕਦੇ ਹੋ, ਜਿਹੜੀ ਮਜ਼ਾਰ ਦੇ ਹਰ ਪਾਸੇ ਹਰ ਕੋਨੇ ਦੇ ਵਿੱਚ ਤੁਹਾਨੂੰ ਕੁੱਤੇ ਨਜ਼ਰ ਆਉਂਦੇ ਨੇ, ਜਾਣੀ ਬਹੁਤ ਜ਼ਿਆਦਾ ਕੁੱਤਿਆਂ ਦੀ ਤਾਦਾਦ ਇਸ ਮਜ਼ਾਰ ਦੇ ਅੰਦਰ ਆ ਜੀ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਵੀ। ਆਓ ਜੀ ਹੁਣ ਆਪਾਂ ਚੱਲਦੇ ਹਾਂ ਮਜ਼ਾਰ ਦੇ ਅੰਦਰ ਅਤੇ ਦਰਸ਼ਨ ਕਰਦੇ ਹਾਂ ਜੀ। ਆਪਾਂ ਸਭ ਨੇ ਮਿਲ ਕੇ ਜੀ ਰਾਜਾ ਸਾਹਿਬ ਦੀ ਮਜ਼ਾਰ ਦੇ ਅੰਦਰ ਤੋਂ ਦਰਸ਼ਨ ਕਰ ਲਏ ਹਨ। ਤੁਹਾਨੂੰ ਵੀਡੀਓ ਕਿਵੇਂ ਲੱਗ ਰਹੀ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ, ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਹੁਣ ਆਪਾਂ ਚੱਲਦੇ ਹਾਂ ਜੀ ਉਸ ਅਸਥਾਨ ਵੱਲ ਜਿੱਥੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਹੋਏ ਹਨ, ਚੱਲ ਰਹੇ ਹਨ ਅਤੇ ਦਰਸ਼ਨ ਕਰਦੇ ਹਾਂ ਆਪਾਂ ਉਸ ਅਸਥਾਨ ਦੇ ਵਿੱਚ ਹੀ। ਜਿਸ ਵੀ ਸੰਗਤ ਦਾ ਵਿਦੇਸ਼ ਜਾਣ ਦਾ ਕੰਮ ਨਹੀਂ ਬਣਦਾ ਜਾਂ ਫਿਰ ਕੋਈ ਰੁਕਾਵਟ ਆਉਂਦੀ ਹੈ ਤਾਂ ਉਹ ਇਸ ਅਸਥਾਨ ਉੱਪਰ ਤੁਸੀਂ ਵੀਡੀਓ 'ਚ ਵੀ ਦੇਖ ਸਕਦੇ ਹੋ ਜਹਾਜ਼ ਚੜਾਉਂਦੇ ਨੇ ਅਤੇ ਉਹਨਾਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਚਲੋ
ਸਤ ਕਰਤੀ ਜੋਤ ਸਚੀ ਮਨ ਮਾਹੀ ਨਾਨਕ ਉਗੁਰ ਵਿਸਰੈ ਗੁਰ ਰਾਖੀ ਪਤ ਤਾਹੀ ਤਿਆਗ ਮਹਲਾ ਪਹਿਲਾ ਨਾਨਕ ਬੇੜੀ ਸੱਚ ਕੀ ਧਰੀਏ ਗੁਰ ਵਿਚਾਰੀ ਇੱਕ ਆਵੈ ਇੱਕ ਜਾਵੀ ਪੂਰ ਭਰੀ ਅਹੰਕਾਰੀ ਮਨ ਮਾਨਵ ਰਾਗੀ ਘਰ ਰਸਾ ਰਸਾ ਚ ਪੈਰਾਂ ਕਾ ਹੋਈ ਗਿਆਨ ਮਹਾਰਸ ਭੋਗ ਮੈਂ ਬਹੁੜ ਭੋਗ ਨਾ ਹੋਈ ਨਾਨਕ ਮਨ ਮਾਰਗ ਤੀਬਰ ਦੁੱਖ ਨਾ ਹੋਈ ਸਿਧਾ ਕਮਾ ਪੈਦਾ ਇਹੋ ਮਨੋ ਮੂਰਖ ਲੋਭਿਆ ਲੋਭੇ ਲੋਭੇ ਸ਼ੂਰਕ ਮਨ ਹਰ ਗੁਰ ਸਰਬਰ ਸੇ ਤੂੰ ਆਵੇ ਤਰ ਕੈ ਮਾਨ ਰਹਾ ਦਰਸ਼ਨ ਆਪਾਂ ਕਰ ਲਏ ਹਨ ਜੀ। ਆਓ ਚੱਲਦੇ ਹਾਂ ਗੁਰੂ ਕੀ ਲੰਗਰਾਂ ਵੱਲ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਜੇਕਰ ਆਪਾਂ ਲੰਗਰਾਂ ਦੇ ਵਿੱਚ ਕੋਈ ਸੇਵਾ ਕਰਨੀ ਹੋਵੇ, ਜਿਵੇਂ ਬਰਤਨ ਧੋਣ ਦੀ ਸੇਵਾ ਜਾਂ ਕੁਛ ਵਰਤਾਨ ਦੀ ਸੇਵਾ, ਤਾਂ ਆਪਾਂ ਲੰਗਰਾਂ ਦੇ ਵਿੱਚ ਉਹ ਸੇਵਾ ਵੀ ਕਰ ਸਕਦੇ ਹਾਂ ਜੀ। ਤੁਹਾਨੂੰ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਜ਼ਰੂਰ ਕਰਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਬਣੇ ਰਹੇ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ। ਇਸ ਜਗ੍ਹਾ ਜੀ ਪਾਠੀ ਸਿੰਘਾਂ ਦੀ ਰਿਹਾਇਸ਼ ਅਤੇ ਵਾਸ਼ਰੂਮ ਬਣੇ ਹੋਏ ਨੇ ਜੀ। ਬਸ ਸਭ ਨੇ ਮਿਲ ਕੇ ਜੀ ਰਾਜਾ ਸਾਹਿਬ ਦੀ ਮਜ਼ਾਰ ਦੇ ਦਰਸ਼ਨ ਕਰ ਲਏ ਹਨ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇਕਰ ਤੁਸੀਂ ਅਜੇ ਤੱਕ ਨਹੀਂ ਕੀਤਾ। ਇਸ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਹੁਣ ਆਪਾਂ ਮਿਲਾਂਗੇ ਨਵੇਂ ਸਥਾਨ 'ਤੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।